मैं थोड़ा प्रौण चारक मियाँ आसिफ अली ते इस टाइम मैं मौजूद हाँ वाघा बार्डर ते जिथे सिख यात्री जोड़ मेले शिरकत वास्ते इंडिया तो आए हैं ते इस टाइम पूरा एक खानदान मेरे नाल मौजूद है एक फैमिली मौजूद है इन्होंने असं गलबात करते हैं जी की ना जी थोड़ा दर्शन कौर जी ते कितों आए हो असं अंबाले तो आए हैं अच्छा अंबाले अलग अलग जगह तो पंजाब तो भी संगत आई है अच्छा मैं हरियाणा तो अच्छा तुसी चंडीगढ़ कोल चंडीगढ़ दे कोल अच्छा तुसी चंडीगढ़ तो हां अच्छा चलो बाकियां नाल भी गल करदे हां ते तुहाडा पहला मौका आण दा मेरा नौ नौवा हां जी जबरदस्त पहले कद पहली बारी कदों आए सी असीं आए सी 2011 च अच्छा 2011 च पहली बारी आए सी ते उस तो बाद हुण आए हो हां उस तो बाद अच्छा ते उदों ते हुण कोई फर्क लग रहा हां बहुत प्रोग्रेस है बहुत उन्नति हुई है अच्छा हां सिक्योरिटी दा बहुत साथ इंतजाम बहुत अच्छे ने गुरुद्वारे दे होर बहुत अच्छे बसां दे हर एक चीज दे बहुत अच्छे इंतजाम ने मैं कह नहीं सकदी मेरे को वर्ड नहीं है अच्छा लोग ते आंदे आ रूटीन दे विच ते ओ आंदे आ कि ठीक है जी एक बारी आए मत्था टेकया चले गए तुसी नौवीं बारी आए हो की आखिर कीड़ी गल है जिहड़ी तुसी इन्नी बारी आ चुके हो ए बाबे दी मेहर है जिहड़े वारी वारी खिच के लेके आंदी श्रद्धा अपनी है ना जे असीं घरों कदम पट्टांगे तां ही इत्थे आवांगे उदां किद्दां आवांगे ते कई वारी तो कहंदे वी लोग असीं इक वारी चल हो आने आ कईआं नूं इह डर हुंदा साडा दुबारा वीजा लगेगा नहीं लगेगा कईआं नूं वैसे दर्श ते जो पुरानी गल्लां तुसीं समझो मेरी गल नूं समझोगे ध्यान नाल इस गल के पर नहीं इत्थे बहुत प्यार बहुत मुहब्बत साडे कोल तां कहण वास्ते कोई लफ्ज़ नहीं है बहुत रिस्पैक्ट है ਅਤੇ ਇਹ ਤੁਹਾਡਾ ਪਿਆਰ ਇੱਥੋਂ ਦੀ ਸੇਵਾ ਤੁਹਾਨੂੰ ਸਾਨੂੰ ਵਾਰ ਵਾਰ ਖਿੱਚ ਕੇ ਲਿਆਉਂਦਾ ਨਹੀਂ ਜੀ ਸਾਡਾ ਪਿਆਰ ਅਤੇ ਸਾਡੀ ਸੇਵਾ ਤਾਂ ਉਵੇਂ ਜਾਰੀ ਰਹਿਣੀ ਆ ਅਤੇ ਆਉਂਦੇ ਰਹੋ ਤੁਸੀਂ ਸਾਡੇ ਕੋਲ ਤੁਹਾਡਾ ਕੀ ਨਾਂ ਜੀ ਮੇਰਾ ਸੁਲੱਖਣ ਸਿੰਘ ਜੀ ਸੁਲੱਖਣ ਸਿੰਘ ਤੁਸੀਂ ਕਿੱਥੋਂ ਆਏ ਹੋ ਪੰਜਾਬ ਤੋਂ ਜੀ ਚੜ੍ਹਦੇ ਪੰਜਾਬ ਤੋਂ ਕਿਹੜੇ ਸ਼ਹਿਰ ਤੋਂ ਮਾਨਸਾ ਜ਼ਿਲ੍ਹੇ ਤੋਂ ਅੱਛਾ ਮਾਨਸਾ ਜ਼ਿਲ੍ਹੇ ਤੋਂ ਪਹਿਲੀ ਵਾਰੀ ਆ ਰਹੇ ਮੈਂ ਤੀਜੀ ਵਾਰ ਜੀ ਅੱਛਾ ਤੀਜੀ ਵਾਰੀ ਆ ਰਹੇ ਹੋ ਤੁਸੀਂ ਵੀ ਹਾਂਜੀ ਪਹਿਲੀ ਵਾਰੀ ਕਦੋਂ ਆਏ ਸੀ 17 'ਚ ਜੀ 17 'ਚ ਹਾਂਜੀ ਅਤੇ ਹੁਣ ਇਕੱਲੇ ਆਏ ਹੋ ਕਿ ਹੋਰ ਕੋਈ ਵੀ ਘਰ ਨਾਲ ਇੱਕ ਦੂਜਾ ਮੇਰਾ ਬ੍ਰਦਰ ਅੱਛਾ ਦੋ ਭਾਈ ਆਏ ਹੋ ਇਕੱਠੇ ਹਾਂਜੀ ਅੱਛਾ ਤੁਸੀਂ ਸ਼ੁਰੂ ਤੋਂ ਉੱਥੇ ਦੇ ਰਹਿਣ ਵਾਲੇ ਕਿੱਧਰੋਂ ਗਏ ਨਾ ਸਾਡਾ ਇੱਥੇ ਚੂਣੀਆਂ ਕੋਲ ਪਿੰਡ ਹੈ ਜੀ ਅੱਛਾ ਗਿੱਤਪੁਰ ਪਿੰਡ ਚੂਣੀਆਂ ਦੇ ਨਾਲ ਜੀ ਅਤੇ ਪਿੰਡ ਦੇਖਣ ਦਾ ਮੌਕਾ ਮਿਲਿਆ ਕਦੀ ਗਏ ਸੀ ਜੀ ਅੱਛਾ ਹਾਂ ਅਤੇ ਕੋਈ ਹੈਗੇ ਪੁਰਾਣੇ ਘਰ ਉੱਥੇ ਹਾਂ ਹੈਗਾ ਜੀ ਘਰ ਦੇਖਿਆ ਇੱਥੇ ਅੱਛਾ ਹਾਂਜੀ ਅਤੇ ਤੀਸਰੀ ਵਾਰੀ ਆਏ ਹੋ ਤੁਸੀਂ ਹਾਂਜੀ ਅਤੇ ਇੱਥੇ ਆ ਕੇ ਕਿਹੋ ਲੱਗਦਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਸੋਹਣਾ ਪਸੰਦ ਆਇਆ ਲੱਗਿਆ ਜਿਵੇਂ ਘਰੇ ਹੀ ਫਿਰਦੇ ਹਾਂ ਆਪਦੇ ਹਾਂ ਪੁਰਾਣੀ ਧਰਤੀ ਜਿਵੇਂ ਪਾਲੀ ਧਰਤੀ ਖਿੱਚ ਕੇ ਲਿਆਉਂਦੀ ਉਹ ਖਿੱਚ ਕੇ ਆਉਂਦੇ ਅਸੀਂ ਪੁਰਾਣੀਆਂ ਯਾਦਾਂ ਖਿੱਚ ਕੇ ਲਿਆਉਂਦੀਆਂ ਨੇ ਅੱਛਾ ਹਾਂਜੀ ਤੁਹਾਡਾ ਕੀ ਨਾਂ ਜੀ ਮੇਰਾ ਨਾਮ ਮਹਿਲ ਸਿੰਘ ਹੈ ਜੀ ਅੱਛਾ ਯਾਨੀ ਤੁਸੀਂ ਦੋਵੇਂ ਭਾਈ ਹੋ ਹਾਂਜੀ ਬਣ ਨੇ ਦੇ ਪਿੰਡਾਂ ਦੇ ਭਾਈ ਆ ਅਤੇ ਤੁਸੀਂ ਵੀ ਇੱਧਰੋਂ ਹੀ ਹਾਂਜੀ ਤਹਿਸੀਲ ਚੋਣੀਆਂ ਤੋਂ ਅੱਛਾ ਸਾਡਾ ਜੇ ਲੰਮੇ ਖੋਦੇ ਪਿੰਡ ਸੀਗਾ ਜੀ ਅਤੇ ਇੱਥੇ ਤੁਹਾਨੂੰ ਕਿਹੜੀ ਸ਼ਾਇਦ ਜਿਹੜੀ ਪਾਕਿਸਤਾਨ ਦੀ ਸਭ ਤੋਂ ਚੰਗੀ ਲੱਗਦੀ ਹੈ ਸਾਨੂੰ ਸਭ ਤੋਂ ਜ਼ਿਆਦਾ ਪਿਆਰ ਮੁਹੱਬਤ ਖਿੱਚ ਕੇ ਲਿਆਉਂਦਾ ਜੀ ਅਸਲੀ ਪੰਜਾਬੀ ਬੋਲੀ ਤਾਂ ਇੱਧਰ ਰਹਿ ਗਈ ਸਾਡੇ ਵੱਲ ਅਸੀਂ ਪੰਜਾਬੀ ਹਾਂ ਪਰ ਸਾਡੇ ਪੰਜਾਬੀ ਉੱਧਰ ਜਾ ਕੇ ਥੋੜ੍ਹੀ ਰਲਾ ਗਏ ਹਿੰਦੀ ਨਾਲ ਅਸਲੀ ਪੰਜਾਬੀ ਪੋਰ ਬੋਲੀ ਇੱਧਰ ਲਾਹੌਰ ਜ਼ਿਲ੍ਹੇ ਦੀ ਲਾਹੌਰੀ ਬੋਲੀ ਇੱਧਰ ਪਰ ਸਾਨੂੰ ਉਹ ਮੁਹੱਬਤ ਖਿੱਚ ਕੇ ਲਿਆਉਂਦੀ ਜੀ ਬਾਕੀ ਸਾਨੂੰ ਜਾਣ ਪਛਾਣ ਵਾਲੇ ਇੱਧਰ ਕਾਫੀ ਜ਼ਿਆਦਾ ਲਾਹੌਰ ਜ਼ਿਲ੍ਹੇ ਵਿੱਚ ਹੈਗੇ ਨੇ ਸਾਡੇ ਜਿਨ੍ਹਾਂ ਨੂੰ ਸਾਡੀ ਜ਼ਮੀਨ ਮਿਲੀ ਹੈ ਉਹ ਫਿਰੋਜ਼ਪੁਰ ਖਾਈ ਤੋਂ ਆਏ ਸੀਗੇ ਉਹ ਸਾਨੂੰ ਬੜੇ ਪਿਆਰ ਮੁਹੱਬਤ ਨਾਲ ਆਪਦੇ ਪਿੰਡ ਸਾਨੂੰ ਵਿਖਾ ਕੇ ਲਿਆਉਂਦੇ ਨੇ ਜੀ ਹੁਣ ਫਿਰ ਫੋਨ ਆਇਆ ਸੀ ਕਹਿੰਦੇ ਪਹੁੰਚ ਗਏ ਵਾਂ ਜੀ ਪਹੁੰਚ ਗਏ ਜੀ ਹੁਣ ਸਾਨੂੰ ਮਿਲਣ ਵਾਸਤੇ ਆਉਣਗੇ ਜੀ ਵਾਹ ਇਹ ਬੜੀ ਗੱਲ ਹੈ ਜੀ ਕਿ ਇਹਨਾਂ ਦੇ ਇੰਤਜ਼ਾਰ 'ਚ ਇੱਥੇ ਵੀ ਲੋਕ ਹੁੰਦੇ ਆ ਕਿ ਤੁਸੀਂ ਆ ਗਏ ਹੋ ਇਹਨਾਂ ਨੂੰ ਪੁੱਛ ਰਿਹਾ ਅਤੇ ਮਿਲਣ ਲਈ ਆਉਂਦੇ ਆ ਤੁਹਾਡਾ ਕੀ ਨਾਂ ਜੀ ਸਤਵੰਤ ਸਿੰਘ ਜੀ ਮੇਰਾ ਨਾਮ ਅੱਛਾ ਸਤਵੰਤ ਸਿੰਘ ਅੱਛਾ ਇੱਕ ਸਤਵੰਤ ਸਿੰਘ ਸਾਡੇ ਕੋਲੋਂ ਨਾ ਦੋ ਦਿਨ ਪਹਿਲਾਂ ਵੀ ਹੋ ਕੇ ਗਿਆ ਅਤੇ ਕਿਹੜੇ ਇਲਾਕੇ ਤੋਂ ਤੁਸੀਂ ਸਰ ਬਠਿੰਡੇ ਤੋਂ ਹੀ ਪੰਜਾਬ ਤੋਂ ਹੀ ਅੱਛਾ ਬਠਿੰਡੇ ਤੋਂ ਅੱਛਾ ਇਹ ਮਿੰਟੂ ਬਰਾੜ ਦਾ ਵੀ ਬਠਿੰਡਾ ਹੀ ਆ ਨਾ ਜੀ ਅੱਛਾ ਮਿੰਟੂ ਬਰਾੜ ਨੂੰ ਜਾਣਦੇ ਹੋ ਨਹੀਂ ਮਿੰਟੂ ਬਰਾੜ ਨੂੰ ਬੜਾ ਮਸ਼ਹੂਰ ਯਾਰ ਪਿੰਡੂ ਆਸਟ੍ਰੇਲੀਆ ਵਾਲਾ ਅੱਛਾ ਅੱਛਾ ਹਾਂਜੀ ਜਾਣਦੇ ਜਾਣਦੇ ਅੱਛਾ ਹਾਂਜੀ ਜਾਣਦੇ ਅਤੇ ਅੱਜ ਕੱਲ੍ਹ ਤਾਂ ਵਾਪਸ ਆਇਆ ਹੋਇਆ ਅਤੇ ਪਹਿਲੀ ਵਾਰੀ ਆਏ ਹੋ ਹਾਂਜੀ ਪਹਿਲੀ ਵਾਰੀ ਆਏ ਅੱਛਾ ਹਾਂਜੀ ਅਤੇ ਕਿੰਨੇ ਕਰਸੇ ਤੋਂ ਸੋਚ ਰਿਹਾ ਸੀ ਆਉਣ ਦਾ ਅਤੇ ਹੁਣ ਆਏ ਹੋ ਸਰ ਮੈਂ 4 ਸਾਲ ਤੋਂ ਪਾਸਪੋਰਟ ਬਣਾਇਆ ਹੋਇਆ 4 ਵਾਰੀ ਲਾ ਚੁੱਕਿਆ ਇਹ ਤੋਂ ਪਹਿਲਾਂ 5 ਵਾਰੀ ਇੱਕ ਵਾਰੀ ਇੱਥੋਂ ਅੰਮ੍ਰਿਤਸਰੋਂ ਸਾਨੂੰ ਆਏ ਗੌਰਮੈਂਟ ਨੇ ਮਨਾ ਕਰਤਾ ਸੀ ਵੀਜ਼ਾ ਲੱਗ ਗਿਆ ਸੀ ਅਤੇ 4th-5th ਵਾਰ ਲਵਾਇਆ ਜੀ ਦੁਬਾਰੇ ਆ ਰਿਹਾ ਜੀ ਅੱਛਾ ਹਾਂਜੀ ਪਹਿਲੀ ਆਇਆ ਪਹਿਲੀ ਵਾਰੀ ਆ ਪਰ ਵੀਜ਼ਾ 4-5 ਵਾਰੀ ਕੈਂਸਲ ਹੋ ਗਿਆ ਜੀ ਮੇਰਾ ਇੱਕ ਵਾਰੀ ਲੱਗਿਆ ਸੀ ਉਹ ਗੌਰਮੈਂਟ ਨੇ ਆਉਣ ਯਾਨੀ 5 ਵਾਰੀ ਤੁਸੀਂ ਹਾਂਜੀ ਹਾਂਜੀ 1 ਵਾਰੀ ਲੱਗਿਆ ਜੀ ਅਤੇ ਹੁਣ ਤੁਸੀਂ ਆ ਗਏ ਹੋ ਅਤੇ ਅੱਗੇ 10 ਦਿਨ ਇੱਥੇ ਹੀ ਹੋ ਅਤੇ ਕੈਸਾ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ ਜੋ ਮਿਲਦੇ ਕਰਦੇ ਬਹੁਤ ਵਧੀਆ ਜੀ ਪਹਿਲਾਂ ਤਾਂ ਵੀਡੀਓ ਦੇ ਵਿੱਚ ਦਿੰਦੇ ਨਹੀਂ ਕਿਹੜਾ ਬੰਦਾ ਕਿਹੜੀ ਇੱਥੇ ਦਾ ਫਨਕਾਰ ਆ ਖਿਡਾਰੀ ਆ ਪਾਕਿਸਤਾਨ ਦਾ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਪੰਜਾਬੀ ਮਾਂ ਬੋਲੀ ਸਰ ਖਿਡਾਰੀ ਦਾ ਜੀ 2-3 ਲੱਗਦੇ ਜੀ ਵਧੀਆ ਅੱਛਾ ਹਰਪ੍ਰੀਤ ਦੀ ਵਧੀਆ ਸੀ ਬਹੁਤ ਵਧੀਆ ਸੀ ਅੱਛਾ ਹਾਂਜੀ ਹਾਂਜੀ ਚਲੋ ਜੀ ਬਹਰਾਲ ਜੀ ਜੀ ਆਇਆਂ ਨੂੰ ਵੈਲਕਮ ਅੱਛਾ ਹਾਂਜੀ ਤੁਸੀਂ ਰਹਿ ਗਏ ਵਿੱਚ ਕੀ ਨਾਂ ਜੀ ਤੁਹਾਡਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਚਰਨ ਕੌਰ ਅੱਛਾ ਹਾਂਜੀ ਤੇ ਪਹਿਲੀ ਵਾਰੀ ਆਏ ਹੋ ਹਾਂਜੀ ਪਹਿਲੀ ਵਾਰੀ ਆਏ ਹਾਂ
ਬਹੁਤ ਚਾਅ ਸੀ ਮਨ 'ਚ ਨਨਕਾਣਾ ਸਾਹਿਬ ਦਰਸ਼ਨ ਕਰਨ ਦਾ। ਹੁਣ ਮੌਕਾ ਮਿਲਿਆ, ਤਿੰਨ ਚਾਰ ਵਾਰੀ ਅੱਗੇ ਲਾਇਆ, ਵੀਜ਼ਾ ਨਹੀਂ ਸੀ ਲੱਗਿਆ। ਬੜੀ ਚਾਅ ਸੀਗੀ ਵੀ ਇੱਕ ਵਾਰੀ ਮਹਾਰਾਜ ਸਾਨੂੰ ਦਰਸ਼ਨ ਕਰਾਏਗਾ ਕਦੇ। ਚਲੋ ਤੇ ਹੁਣ ਹੋ ਗਿਆ ਤੇ ਹੁਣ ਕੈਸਾ ਲੱਗ ਰਿਹਾ? ਹੁਣ ਕਰਨੇ ਨੇ, ਅਜੇ ਤੇ ਹੁਣ ਪਹੁੰਚੇ ਹੀ ਆ ਬਾਰਡਰ ਤੇ। ਅੱਜ ਕਰਾਂਗੇ ਦਰਸ਼ਨ, ਫਿਰ ਪਤਾ ਲੱਗੇਗਾ ਨਾ। ਦਰਸ਼ਨ ਕਰਨ ਦੀ ਚਾਅ ਸੀ ਬਸ ਬੜਾ। ਚਲੋ ਜੀ, ਤੁਹਾਡਾ ਬੜਾ ਜੀ ਆਇਆਂ ਨੂੰ ਵੈਲਕਮ, ਇੱਥੇ ਆਏ ਹੋ ਅੱਜ। ਬਹਰਹਾਲ ਜੀ, ਜਿਹੜਾ ਵੀ ਇੱਥੇ ਆਉਂਦਾ ਬੰਦਾ, ਬਾਕੀ ਗੱਲਾਂ ਸਾਰੀਆਂ ਆਪਣੇ ਥਾਂ 'ਚ ਹੁੰਦੀਆਂ, ਉਹਦੀ ਇੱਕ ਗੱਲ ਲਾਜ਼ਮੀ ਹੁੰਦੀ ਹੈ ਕਿ ਇੱਥੇ ਦਾ ਜਿਹੜਾ ਪਾਕਿਸਤਾਨੀਆਂ ਦਾ ਪਿਆਰ, ਮੁਹੱਬਤ ਅਤੇ ਖਲੂਸ ਆ, ਉਹ ਉਹਨੂੰ ਜਿਹੜਾ ਵਾ ਸਭ ਤੋਂ ਵਧੀਆ ਜਿਹੜਾ ਉਹਦੇ ਲਈ ਹੁੰਦਾ ਵਾ ਅਤੇ ਉਹਦੇ ਲਈ ਮੌਕਾ ਹੁੰਦਾ, ਔਰ ਹਮੇਸ਼ਾ ਉਹਨਾਂ ਨੂੰ ਉਹੀ ਯਾਦ ਰਹਿੰਦਾ ਅਤੇ ਉਹੀ ਜਿਹੜੀ ਖਿੱਚ ਆ ਉਹਨਾਂ ਨੂੰ ਲੈ ਕੇ, ਉਹੀ ਚਾਹ ਪਾਕਿਸਤਾਨੀਆਂ ਦੇ ਪਿਆਰ ਦੀ ਉਹਨਾਂ ਨੂੰ ਮੁੜ ਮੁੜ ਕੇ ਲੈ ਕੇ ਆਉਂਦੀ ਇੱਥੇ।